ਸਿੰਗਰ ਤੇ ਲਿਰਿਸਟ ਕਰਨ ਔਜਲਾ ਦਾ ਰੀਸੈਂਟਲੀ ਰਿਲੀਜ਼ ਹੋਇਆ ਗੀਤ ਐਡਮਾਇਰਿੰਗ ਯੂ ਪਹੁੰਚਿਆ YouTube Music Canada ਚਾਰਟਸ ਤੇ ਪਹਿਲੇ ਨੰਬਰ ਤੇ ਜੀ ਹਾਂ YouTube Music Canada ਚਾਰਟਸ ਦੇ ਵਿੱਚ ਪਹਿਲਾ ਨੰਬਰ ਹਾਸਲ ਕਰਨਾ ਇੱਕ ਪੰਜਾਬੀ ਸਿੰਗਰ ਦੇ ਲਈ ਕਾਫੀ ਜ਼ਿਆਦਾ ਵੱਡੀ ਗੱਲ ਹੈ ਲੇਕਿਨ ਕਰਨ ਔਜਲਾ ਜੋ ਕਿ ਅਕਸਰ ਹੀ ਆਪਣੇ ਗੀਤਾਂ ਦੇ ਜ਼ਰੀਏ ਆਪਣੇ 뮤직 ਦੇ ਜ਼ਰੀਏ ਇਹਨਾਂ ਰਿਕਾਰਡਸ ਨੂੰ ਤੋੜਦੇ ਰਹਿੰਦੇ ਨੇ ਇੰਟਰਨੈਸ਼ਨਲ ਚਾਰਟਸ ਤੇ ਆਪਣੀ ਜਗ੍ਹਾ ਬਣਾਉਂਦੇ ਰਹਿੰਦੇ ਨੇ ਉਥੇ ਹੀ ਹੁਣ ਕਰਨ ਔਜਲਾ ਨੇ YouTube Music Canada Charts ਦੇ ਵਿੱਚ ਪਹਿਲਾ ਨੰਬਰ ਹਾਸਲ ਕਰ ਲਿਆ ਹੈ ਸੋ ਸਾਡੇ ਪੰਜਾਬੀਆਂ ਲਈ ਪੰਜਾਬ ਲਈ ਪੰਜਾਬੀ 뮤ਜ਼ਿਕ ਇੰਡਸਟਰੀ ਲਈ ਇਹ ਕਾਫੀ ਮਾਣ ਵਾਲੀ ਗੱਲ ਹੈ ਖਾਸ ਗੱਲ ਇਹ ਹੈ ਕਿ ਇਸ ਗੀਤ ਨੇ ਹਾਲੀਵੁੱਡ ਦੇ ਕਈ ਵੱਡੇ ਸਿੰਗਰਾਂ ਦੇ ਵੱਡੇ ਗੀਤਾਂ ਨੂੰ ਪਛਾੜਦੇ ਹੋਏ ਇਹ ਜਗ੍ਹਾ ਬਣਾਈ ਹੈ ਮਾਈਲੀ ਸਾਇਰਸ ਵੱਲੋਂ ਗਾਇਆ ਹੋਇਆ ਫਲਾਵਰਸ ਗੀਤ ਵੀ ਇਸ ਤੋਂ ਪਿੱਛੇ ਲੰਘ ਚੁੱਕਿਆ ਹੈ ਕਰਨ ਔਜਲਾ ਨੇ ਕਈ ਵੱਡੇ ਗੀਤਾਂ ਨੂੰ ਕਈ ਵੱਡੇ ਸਿੰਗਰਾਂ ਨੂੰ ਹਾਲੀਵੁੱਡ ਦੇ ਵੱਡੇ ਨਾਮਾਂ ਨੂੰ ਪਛਾੜਦੇ ਹੋਏ ਇਹ ਜਗ੍ਹਾ हासिल ਕੀਤੀ ਐ ਸੋ ਸਾਡੇ ਸਭ ਦੇ ਲਈ ਇਹ ਮਾਣ ਵਾਲੀ ਗੱਲ ਹੈ ਕਿਰਨ ਔਜਲਾ ਹਮੇਸ਼ਾ ਹੀ ਇੰਟਰਨੈਸ਼ਨਲ ਚਾਰਟਸ ਦੇ ਉੱਤੇ ਗਲੋਬਲ ਪਲੇਟਫਾਰਮਸ ਦੇ ਉੱਤੇ ਪੰਜਾਬੀ 뮤직 ਨੂੰ ਫੈਲਾਉਣ ਦੀ ਗੱਲ ਕਰਦੇ ਨੇ ਲੈ ਕੇ ਜਾਣ ਦੀ ਗੱਲ ਕਰਦੇ ਨੇ ਸੋ ਜਿਵੇਂ ਕਿ ਇਹ ਪਲੇ ਸੁਨਾ ਨੇ ਹਾਸਲ ਕੀਤੀ ਹੈ ਰਿਕਾਰਡ ਬਣਾਇਆ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਕਰਨ ਔਜਲਾ ਦੇ ਸੁਪਨੇ ਹੁਣ ਤੇਜ਼ੀ ਨਾਲ ਸাকার ਹੋ ਰਹੇ ਨੇ ਸੱਚ ਹੋ ਰਹੇ ਨੇ ਕੈਨੇਡੀਅਨ ਚਾਰਟ ਦੇ ਵਿੱਚ ਕਈ ਗਲੋਬਲ ਆਰਟਿਸਟ ਦੀ ਜਗ੍ਹਾ ਸੀ ਜਿਨ੍ਹਾਂ ਨੂੰ ਪਛਾੜ ਕੇ ਕਰਨ ਔਜਲਾ ਨੇ ਇਹ ਲੈਵਲ ਹਾਸਲ ਕੀਤਾ ਸਥਾਨ ਹਾਸਲ ਕੀਤਾ ਸੋ ਇਸ ਗੀਤ ਦੇ ਵਿਊਜ਼ ਦੀ ਗੱਲ ਕਰੀਏ ਤੇ ਐਡਮਾਇਰਿੰਗ ਯੂ ਗੀਤ ਦੇ 25 ਮਿਲੀਅਨ ਪਲੱਸ ਵਿਊਜ਼ ਹੋ ਚੁੱਕੇ ਨੇ YouTube ਦੇ ਉੱਤੇ ਵੈਲ ਇਸ ਗੀਤ ਨੂੰ ਜਿੱਥੇ ਕਰਨ ਔਜਲਾ ਨੇ ਗਾਇਆ ਹੈ ਉੱਥੇ ਹੀ ਉਹਨਾਂ ਨੇ ਕੋਲਾਬੋਰੇਸ਼ਨ ਕੀਤੀ ਹੈ ਹਾਲੀਵੁੱਡ ਰੈਪਰ 프레ਸਟਨ ਪਾਬਲੋ ਦੇ ਨਾਲ ਸੋ ਇਸ ਕੋਲਾਬੋਰੇਸ਼ਨ ਦੇ ਨਾਲ ਕਰਨ ਔਜਲਾ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਇੰਪ੍ਰੈਸ ਕੀਤਾ ਹੈ ਵੈਲ ਇਸ ਗੀਤ ਦੇ ਲਿਰਿਕਸ ਜਾਂ ਕਰਨ ਔਜਲਾ ਦੀ ਆਵਾਜ਼ ਹੀ ਨਹੀਂ ਇਸ ਗੀਤ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਨੇ ਜੋ ਕਿ ਸਾਨੂੰ ਇੰਪ੍ਰੈਸ ਕਰ ਰਹੀਆਂ ਨੇ ਕਿਉਂਕਿ ਗੀਤ ਦੀਆਂ ਬੀਟਸ ਦੇ ਨਾਲ ਨਾਲ ਗੀਤ ਦੀ ਵੀਡੀਓ ਵੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਸਾਇੰਸ ਫਿਕਸ਼ਨ ਵੀਡੀਓ ਦੇ ਨਾਲ ਨਾਲ ਅਸੀਂ ਕਮਾਲ ਦੇ VFX ਤੇ ਹਾਈ ਟੈਕਨੋਲੋਜੀ ਦੀ ਵੀਡੀਓ ਦੇਖਦੇ ਹੋਏ ਦਰਸ਼ਕਾਂ ਨੂੰ ਕਾਫੀ ਆਨੰਦ ਆ ਰਿਹਾ ਹੈ ਦਰਸ਼ਕ ਕਾਫੀ ਇੰਜੋਏ ਕਰ ਰਹੇ ਨੇ ਇਸ ਵੀਡੀਓ ਨੂੰ ਸੋ ਕਾਫੀ ਵੱਡੇ ਸਪੈਕਟ੍ਰਮ ਤੇ ਆਡੀਅנס ਨੇ ਇਸ ਵੀਡੀਓ ਨੂੰ ਦੇਖਿਆ ਸੋ 25 ਮਿਲੀਅਨ ਪਲੱਸ ਦੇ ਨਾਲ ਸੋ ਕਰਨ ਔਜਲਾ ਦਾ ਗੀਤ ਬਣਿਆ ਨੰਬਰ 1 ਔਨ YouTube Music Canada ਸੋ ਕੈਨੇਡਾ ਦੇ ਮਿਊਜ਼ਿਕ ਚਾਰਟ ਦੇ ਉੱਤੇ ਨੰਬਰ 1 ਆਉਣਾ ਕਾਫੀ ਵੱਡੀ ਗੱਲ ਹੈ ਕਰਨ ਔਜਲਾ ਨੇ ਇੱਕ ਹੋਰ ਅਚੀਵਮੈਂਟ ਆਪਣੀ ਲਿਸਟ ਦੇ ਵਿੱਚ ਐਡ ਕਰ ਲਈਏ ਵਰਕ ਗ੍ਰਾਫ ਦੀ ਗੱਲ ਕਰੀਏ ਤੇ 18 ਅਗਸਤ ਨੂੰ ਯਾਨੀ ਕਿ ਥੋੜੇ ਹੀ ਸਮੇਂ ਦੇ ਵਿੱਚ ਕੁਝ ਕੁ ਸਮੇਂ ਦੇ ਇੰਤਜ਼ਾਰ ਚ ਕਰਨ ਔਜਲਾ ਦੀ ਐਲਬਮ 메ਕਿੰਗ ਮੈਮਰੀਜ਼ ਹੋ ਰਹੀ ਹੈ ਰਿਲੀਜ਼ ਸੋ ਕੈਨ ਐਕਸਾਈਟਡ ਹੋ ਇਸ ਐਲਬਮ ਲਈ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਐਡਮਾਇਰਿੰਗ ਯੂ ਨੇ ਜੋ ਰਿਕਾਰਡ ਬਣਾਇਆ ਹੈ ਉਸ ਲਈ ਕੀ ਰਿਵਿਊਜ਼ ਨੇ ਇਹ ਵੀ ਸਾਂਝਾ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ ਪੋਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ